नमस्कार, मैं सिमरन, फैक्ट इज बॉल वॉचिंग स्वागत करती है दोस्तों। गल करिए भारती सिंह दी, तां भारती सिंह एक अजिही कॉमेडियन है जिन्हां दी कॉमेडी टाइमिंग अक्सर ही फैंस नूं हसण ते मजबूर कर दिंदी है। उहदे ही हुण हाल ही फिलहाल ही उन्होंने एक इंटरव्यू दिता जिस दे विच उन्होंने वड्डा खुलासा किया है कि वह करण जौहर की फिल्म दे विच कैमियो रोल का दी दिखाई देवेगी। मशहूर कॉमेडियन भारती सिंह अज किसी जान पहचान की मोहताज नहीं है। वह पिछले कई सालों तो अपने कॉमेडी नाल लोगों नूं हसाउंदी आ रही है। अपने कमाल दी कॉमेडी टाइमिंग कारण भारती चोटी दे स्टैंड अप कॉमेडियंस दे विच गिनी जांदी है। स्टेज ते उसका प्रदर्शन होवे जां फिर उसकी दिलचस्प सोशल मीडिया पोस्ट, भारती सिंह अपने फैंस का मनोरंजन करन विच कोई कसर नहीं छड़दी। इस दे नाल ही भारती सिंह ने एक ताज़ा इंटरव्यू विच खुलासा किया है कि वह अपने पति हर्ष दे नाल एक वड्डी फिल्म दे विच नजर आवेगी। हाल ही च दिते इंटरव्यू दौरान भारती सिंह ने खुलासा किया कि वह करण जौहर की फिल्म रॉकी और रानी की प्रेम कहानी च अपने पति हर्ष लंबाचिया दे नाल कैमियो रोल करदी दिखाई देवेगी। इस फिल्म दे विच उस नूं ए रोल किवें मिलिया, इस बारे गल करदे हुए भारती सिंह ने कहा कि अचानक एक दिन उस नूं करण जौहर की टीम का फोन आया। उसने दसिया कि रॉकी और रानी की प्रेम कहानी विच एक रोल है अते उस नूं अते हर्ष नूं फिल्म विच कैमियो रोल निभाउण दा सद्दा दिता गया है। उन्हें कहा कि सैट ते श्रद्धा आर्या भी उन्हां नाल सी अते करण जौहर नाल काम करना मजेदार रहा। करण जौहर दी रोमांटिक फिल्म रॉकी और रानी की प्रेम कहानी दा प्रशंसक बेसब्री दे नाल इंतजार कर रहे ने। फिल्म विच रणवीर रॉकी दा किरदार निभाउंदे नजर आउणगे जदकि आलिया भट्ट रानी चैटर्जी दा किरदार निभाएगी। रॉकी और रानी की प्रेम कहानी तो करण जौहर लंबे समय बाद फिल्म मेकिंग च वापसी कर रहे ने। फिल्म च आलिया अते रणवीर दे नाल दिग्गज कलाकार धर्मेंद्र, जया बच्चन, शबाना आजमी भी अहम किरदार निभाते दिखाई देंगे। इस फिल्म च श्रद्धा आर्या एंड अर्जुन बिजलानी वर्गे टीवी सेलेब्स भी कैमियो रोल करते दिखाई देंगे। रॉकी और रानी की प्रेम कहानी 28 जुलाई 2023 नूं सिनेमा घरां दे विच दस्तक देवेगी। ਸਤਿ ਸ਼੍ਰੀ ਅਕਾਲ, ਮੈਂ ਸਿਮਰਨ, ਫੈਕਟ ਇਜ਼ ਬੋਲ ਵਿਚਿੰਗ ਅਰਥ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹੈ ਦੋਸਤੋ। ਗੱਲ ਕਰੀਏ ਭਾਰਤੀ ਸਿੰਘ ਦੀ, ਤਾਂ ਭਾਰਤੀ ਸਿੰਘ ਇੱਕ ਅਜਿਹੀ ਕਮੇਡੀਅਨ ਹੈ ਜਿਨ੍ਹਾਂ ਦੀ ਕਾਮੇਡੀ ਟਾਈਮਿੰਗ ਅਕਸਰ ਹੀ ਫੈਨਸ ਨੂੰ ਹੱਸਣ 'ਤੇ ਮਜਬੂਰ ਕਰ ਦਿੰਦੀ ਹੈ। ਉਹਦੇ ਹੀ ਹੁਣ ਹਾਲ ਹੀ ਫਿਲਹਾਲ ਹੀ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਉਹ ਕਰਨ ਜੌਹਰ ਦੀ ਫਿਲਮ ਦੇ ਵਿੱਚ ਕੈਮੀਓ ਰੋਲ ਕਰਦੀ ਦਿਖਾਈ ਦੇਵੇਗੀ। ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅੱਜ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ। ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਕਾਮੇਡੀ ਨਾਲ ਲੋਕਾਂ ਨੂੰ ਹਸਾਉਂਦੀ ਆ ਰਹੀ ਹੈ। ਆਪਣੇ ਕਮਾਲ ਦੀ ਕਾਮੇਡੀ ਟਾਈਮਿੰਗ ਕਾਰਨ ਭਾਰਤੀ ਚੋਟੀ ਦੇ ਸਟੈਂਡ ਅਪ ਕਾਮੇਡੀਅਨਸ ਦੇ ਵਿੱਚ ਗਿਣੀ ਜਾਂਦੀ ਹੈ। ਸਟੇਜ ਤੇ ਉਸਦਾ ਪ੍ਰਦਰਸ਼ਨ ਹੋਵੇ ਜਾਂ ਫਿਰ ਉਸਦੀ ਦਿਲਚਸਪ ਸੋਸ਼ਲ ਮੀਡੀਆ ਪੋਸਟਾਂ, ਭਾਰਤੀ ਸਿੰਘ ਆਪਣੇ ਫੈਨਸ ਦਾ ਮਨੋਰੰਜਨ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀ। ਇਸ ਦੇ ਨਾਲ ਹੀ ਭਾਰਤੀ ਸਿੰਘ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਪਤੀ ਹਰਸ਼ ਦੇ ਨਾਲ ਇੱਕ ਵੱਡੀ ਫਿਲਮ ਦੇ ਵਿੱਚ ਨਜ਼ਰ ਆਵੇਗੀ। ਹਾਲ ਹੀ 'ਚ ਦਿੱਤੇ ਇੰਟਰਵਿਊ ਦੌਰਾਨ ਭਾਰਤੀ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਕਰਨ ਜੌਹਰ ਦੀ ਫਿਲਮ ਰੋਕੀ ਔਰ ਰਾਣੀ ਕੀ ਪ੍ਰੇਮ ਕਹਾਣੀ 'ਚ ਆਪਣੇ ਪਤੀ ਹਰਸ਼ ਲੰਬਾਚੀਆ ਦੇ ਨਾਲ ਕੈਮੀਓ ਰੋਲ ਕਰਦੀ ਦਿਖਾਈ ਦੇਵੇਗੀ। ਇਸ ਫਿਲਮ ਦੇ ਵਿੱਚ ਉਸ ਨੂੰ ਇਹ ਰੋਲ ਕਿਵੇਂ ਮਿਲਿਆ, ਇਸ ਬਾਰੇ ਗੱਲ ਕਰਦੇ ਹੋਏ ਭਾਰਤੀ ਸਿੰਘ ਨੇ ਕਿਹਾ ਕਿ ਅਚਾਨਕ ਇੱਕ ਦਿਨ ਉਸ ਨੂੰ ਕਰਨ ਜੌਹਰ ਦੀ ਟੀਮ ਦਾ ਫੋਨ ਆਇਆ। ਉਸਨੇ ਦੱਸਿਆ ਕਿ ਰੋਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵਿੱਚ ਇੱਕ ਰੋਲ ਹੈ ਅਤੇ ਉਸ ਨੂੰ ਅਤੇ ਹਰਸ਼ ਨੂੰ ਫਿਲਮ ਵਿੱਚ ਕੈਮੀਓ ਰੋਲ ਨਿਭਾਉਣ ਦਾ ਸੱਦਾ ਦਿੱਤਾ ਗਿਆ ਹੈ। ਉਹਨੇ ਕਿਹਾ ਕਿ ਸੈੱਟ 'ਤੇ ਸ਼੍ਰਦਾ ਆਰਿਆ ਵੀ ਉਹਨਾਂ ਨਾਲ ਸੀ ਅਤੇ ਕਰਨ ਜੌਹਰ ਨਾਲ ਕੰਮ ਕਰਨਾ ਮਜ਼ੇਦਾਰ ਰਿਹਾ। ਕਰਨ ਜੌਹਰ ਦੀ ਰੋਮਾਂਟਿਕ ਫਿਲਮ ਰੋਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਪ੍ਰਸ਼ੰਸਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਫਿਲਮ ਵਿੱਚ ਰਣਵੀਰ ਰੋਕੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਜਦਕਿ ਆਲਿਆ ਭੱਟ ਰਾਣੀ ਚੈਟਰਜੀ ਦਾ ਕਿਰਦਾਰ ਨਿਭਾਏਗੀ। ਰੋਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਤੋਂ ਕਰਨ ਜੌਹਰ ਲੰਬੇ ਸਮੇਂ ਬਾਅਦ ਫਿਲਮ ਮੇਕਿੰਗ 'ਚ ਵਾਪਸੀ ਕਰ ਰਹੇ ਨੇ। ਫਿਲਮ 'ਚ ਆਲਿਆ ਅਤੇ ਰਣਵੀਰ ਦੇ ਨਾਲ ਦਿੱਗਜ ਕਲਾਕਾਰ ਧਰਮੇਂਦਰ, ਜਯਾ ਬੱਚਨ, ਸ਼ਬਾਨਾ ਆਜ਼ਮੀ ਵੀ ਅਹਿਮ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ। ਇਸ ਫਿਲਮ 'ਚ ਸ਼੍ਰਦਾ ਆਰਿਆ ਐਂਡ ਅਰਜੁਨ ਬਿਜਲਾਨੀ ਵਰਗੇ ਟੀਵੀ ਸੈਲੈਬਸ ਵੀ ਕੈਮੀਓ ਰੋਲ ਕਰਦੇ ਦਿਖਾਈ ਦੇਣਗੇ। ਰੋਕੀ ਔਰ ਰਾਣੀ ਕੀ ਪ੍ਰੇਮ ਕਹਾਣੀ 28 ਜੁਲਾਈ 2023 ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਵੇਗੀ।